ਉਹਨਾਂ ਸਾਰੀਆਂ ਲੜਕੀਆਂ ਦੇ ਲਈ ਬਹੁਤ ਵੱਡੀ ਤੁਸੀਂ ਐਗਜ਼ਾਮਪਲ ਹੋ ਜਿਹੜੀਆਂ ਸੋਚਦੀਆਂ ਹੈ ਕਿ ਪਤਾ ਨਹੀਂ ਪ੍ਰੈਗਨੈਂਸੀ ਵਿੱਚ ਸਾਡੇ ਕੋਲ ਪੜਿਆ ਨਹੀਂ ਜਾਣਾ। ਵੈਸੇ ਤੁਹਾਡੀ ਬਹੁਤ ਵੱਡੀ ਹਿੰਮਤ ਹੈ ਰਮਨ, ਬਿਕੋਜ਼ ਪ੍ਰੈਗਨੈਂਸੀ ਇਜ਼ ਐਸੋਸੀਏਟਡ ਵਿਦ ਸੋ ਮੈਨੀ ਪ੍ਰੋਬਲਮਸ, ਰਾਈਟ? ਹਾਈ ਟੂ ਆਲ ਦ ਨਰਸਿੰਗ ਐਸਪਾਇਰੈਂਟਸ ਦੇਅਰ। ਟੂਡੇ ਆਈ ਐਮ ਵਿਦ ਵਨ ਆਫ ਮਾਈ ਵੈਰੀ ਬਿਊਟੀਫੁਲ ਵਿਨਰ, ਰਮਨ। ਰਮਨ ਇਜ਼ ਫਰੋਮ ਬਰੈਂਪਟਨ, ਓਨਟੈਰੀਓ, ਐਂਡ ਰਮਨ ਇਕੱਲੇ ਨਹੀਂ ਆਏ ਹੈਗੇ। ਰਮਨ ਇਜ਼ ਹੇਅਰ ਵਿਦ ਹਰ ਅਪਕਮਿੰਗ ਬੇਬੀ ਐਜ਼ ਵੈਲ, ਐਂਡ ਰਮਨ ਨੇ ਆਪਣਾ ਐਨਕਲੈਕਸ ਆਰ ਐਨ ਕਰੈਕ ਕੀਤਾ ਹੈ ਫਸਟ ਅਟੈਂਪਟ ਦੇ ਵਿੱਚ। USA ਐਨਕਲੈਕਸ ਆਰ ਐਨ ਕਰੈਕ ਕੀਤਾ। ਰਮਨ ਨੇ GNM ਜਿਹੜੀ ਸੀਗੀ ਉਹ ਕੰਪਲੀਟ ਕਰੀ ਸੀ 2009 ਦੇ ਵਿੱਚ। 2009, 14 ਈਅਰਸ ਦਾ ਗੈਪ ਸੀ। 14 ਸਾਲਾਂ ਦੇ ਗੈਪ ਤੋਂ ਬਾਅਦ ਰਮਨ ਤੁਸੀਂ ਐਨਕਲੈਕਸ ਆਰ ਐਨ ਦਿੱਤਾ, ਨਿਊਯਾਰਕ ਵਾਸਤੇ ਦਿੱਤਾ ਅਤੇ ਕਰੈਕ ਵੀ ਕੀਤਾ ਅਤੇ ਪ੍ਰੈਗਨੈਂਸੀ ਵਿੱਚ ਕਰੈਕ ਕੀਤਾ, ਸਭ ਤੋਂ ਵੱਡੀ ਗੱਲ। ਅਤੇ ਉਹਨਾਂ ਸਾਰੀਆਂ ਲੜਕੀਆਂ ਦੇ ਲਈ ਬਹੁਤ ਵੱਡੀ ਤੁਸੀਂ ਇਗਜ਼ਾਮਪਲ ਹੋ ਜਿਹੜੀਆਂ ਸੋਚਦੀਆਂ ਹੈ ਕਿ ਪਤਾ ਨਹੀਂ ਪ੍ਰੈਗਨੈਂਸੀ ਵਿੱਚ ਸਾਡੇ ਕੋਲ ਪੜਿਆ ਨਹੀਂ ਜਾਣਾ। ਵੈਸੇ ਤੁਹਾਡੀ ਬਹੁਤ ਵੱਡੀ ਹਿੰਮਤ ਹੈ ਰਮਨ, ਬਿਕੋਜ਼ ਪ੍ਰੈਗਨੈਂਸੀ ਇਜ਼ ਐਸੋਸੀਏਟਡ ਵਿਦ ਸੋ ਮੈਨੀ ਪ੍ਰੋਬਲਮਸ, ਰਾਈਟ? ਆਲਰੇਡੀ ਤੁਹਾਡੀ ਸਿਹਤ ਠੀਕ ਨਹੀਂ ਹੁੰਦੀ, ਬਟ ਫਿਰ ਵੀ ਰਮਨ ਦੀ ਡੈਡੀਕੇਸ਼ਨ ਨੂੰ ਸੈਲਿਊਟ ਹੈ। ਇਹਨੇ ਪੜਿਆ ਵੀ ਅਤੇ ਆਪਣੇ ਟੈਸਟ ਵੀ ਕਰੈਕ ਕੀਤਾ ਅਤੇ ਡਿਲੀਵਰੀ ਨੂੰ ਬਹੁਤ ਘੱਟ ਦਿਨ ਰਹਿ ਗਏ ਨੇ, ਫਿਰ ਵੀ ਰਮਨ ਸਾਡੇ ਕੋਲ ਟਰੋਫੀ ਲੈਣ ਆਈ ਹੈ। ਸੋ ਰਮਨ, ਤੁਸੀਂ ਕੁਛ 2-4 ਸ਼ਬਦ ਜਿਹੜੇ ਹੈਗੇ ਨੇ ਉਹ ਸ਼ੇਅਰ ਕਰੋ, ਕਿੱਦਾਂ ਤੁਸੀਂ ਪ੍ਰਿਪੇਅਰ ਕੀਤਾ? ਕੀ ਪਤਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਸਾਰੀਆਂ ਕੁੜੀਆਂ ਮੋਟੀਵੇਟ ਹੀ ਹੋ ਜਾਣ, ਜਰਾ ਦੱਸੋ ਸਾਡੇ ਆਡੀਅੰਸ ਨੂੰ। ਹਾਂਜੀ, ਸਭ ਤੋਂ ਪਹਿਲਾਂ ਮੀਨਜ਼ ਸਾਰਿਆਂ ਲਈ ਬਹੁਤ ਹਾਰਡ ਹੁੰਦਾ, ਮਤਲਬ ਕਿ ਇੰਨੇ ਟਾਈਮ ਗੈਪ ਤੋਂ ਬਾਅਦ ਆਪਣੀ ਸਟੱਡੀ ਨੂੰ ਦੁਬਾਰਾ ਰਿਫਰੈਸ਼ ਕਰਨਾ ਅਤੇ ਫਸਟ ਅਟੈਂਪਟ ਦੇ ਵਿੱਚ ਐਗਜ਼ਾਮ ਨੂੰ ਕਰੈਕ ਕਰਨਾ। ਮੈਂ ਟਰਾਈ ਤਾਂ ਕਾਫੀ ਟਾਈਮ ਦੀ ਕਰ ਰਹੀ ਸੀ, ਬਟ ਮੈਨੂੰ ਮੋਟੀਵੇਸ਼ਨ ਨਹੀਂ ਮਿਲ ਰਿਹਾ ਸੀਗਾ। ਫਿਰ ਮੈਂ ਮੈਮ ਦੀਆਂ ਕਲਾਸਿਸ ਜੁਆਇਨ ਕੀਤੀਆਂ। ਹਜੇ ਮੇਰਾ ਸਿਲੇਬਸ ਕੰਪਲੀਟ ਨਹੀਂ ਹੋਇਆ ਸੀਗਾ, ਬਟ ਮੈਂ ਕਹਿ ਲਓ ਵੀ ਐਗਜ਼ਾਮ ਦੇ ਵਿੱਚ ਫੁੱਲ ਕੌਨਫੀਡੈਂਸ ਦੇ ਨਾਲ ਗਈ ਅਤੇ ਮੈਂ ਫਸਟ ਅਟੈਂਪਟ ਦੇ ਵਿੱਚ ਆਪਣਾ ਜਿਹੜਾ ਐਗਜ਼ਾਮ ਸੀ ਆ ਉਹ ਕਲੀਅਰ ਕੀਤਾ। ਬਾਕੀ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ ਆਪਣਾ ਟਾਈਮ ਵੇਸਟ ਨਾ ਕਰੋ, ਕਿਉਂਕਿ ਇੱਥੇ ਪਤਾ ਹੈ ਕਿ ਸਾਰੇ ਚਲੋ ਥੋੜ੍ਹੀ ਘੱਟ ਫੀਸ ਦੇ ਵਿੱਚ ਵੀ ਹੈ ਨਾ ਆਪਣੀ ਸਟੱਡੀ ਦਾ ਮਟੀਰੀਅਲ ਦੇ ਦਿੰਦੇ ਆ, ਪਰ ਜੋ ਲਾਈਵ ਕਲਾਸਿਸ ਜੁਆਇਨ ਕਰਕੇ ਤੁਹਾਨੂੰ ਕੌਨਫੀਡੈਂਸ ਮਿਲਦਾ ਹੈ ਉਹ ਸਿਰਫ ਮੈਮ ਤੋਂ ਹੀ ਮਿਲਦਾ ਹੈ। ਥੈਂਕ ਯੂ ਸੋ ਮਚ, ਥੈਂਕ ਯੂ। ਇਹਨਾਂ ਨੂੰ ਮੈਂ ਨਾਮ ਦਊਂਗੀ ਸਾਡੀ ਵੁੱਡ ਬੀ ਮਦਰ ਵਿਨਰ। ਆਲ ਦਾ ਬੈਸਟ ਟੂ ਲਾਈਕ ਯੂ ਫੋਰ ਯੋਰ ਯੂ ਨੋ ਫਿਊਚਰ ਐਂਡ ਵਿਦ ਦ ਬੇਬੀ ਐਂਡ ਵਿਦ ਆਲ ਦ ਪ੍ਰੋਸੈਸ ਆਫ ਡਿਲੀਵਰੀ। ਐਂਡ ਜੇ ਤੁਸੀਂ ਵੀ ਰਜਿਸਟਰਡ ਨਰਸ ਬਣਨਾ ਚਾਹੁੰਦੇ ਹੋ ਅਤੇ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ, ਕੋਈ ਵੀ ਚੀਜ਼ ਜਿਹੜੀ ਹੈ ਉਹ ਕੋਈ ਵੀ ਚੀਜ਼ ਹਰਡਲ ਨਹੀਂ ਹੁੰਦੀ ਤੁਹਾਡੇ ਰਸਤੇ ਦੇ ਵਿੱਚ। ਜੇ ਤੁਹਾਡੇ ਇਰਾਦੇ ਬੁਲੰਦ ਨੇ, ਦ੍ਰਿੜ ਇਰਾਦੇ ਤੁਹਾਡੇ ਹੈਗੇ ਨੇ, ਤਾਂ ਤੁਸੀਂ ਕਿਸੇ ਵੀ ਤਕਲੀਫ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਨੂੰ ਸਰ ਕਰ ਸਕਦੇ ਹੋ। ਅਤੇ ਅਸਿਸਟੈਂਸ ਤਾਂ ਜ਼ਰੂਰ ਤੁਹਾਨੂੰ ਚਾਹੀਦੀ ਹੁੰਦੀ ਹੈ ਕਿਸੇ ਵੀ ਮੈਂਟੋਰ ਦੀ, ਅਤੇ ਉਹਦੇ ਵਾਸਤੇ ਸਾਨੂੰ ਕਾਲ ਕਰਨਾ ਨਾ ਭੁੱਲਿਓ। ਨੰਬਰ ਸਕਰੀਨ 'ਤੇ ਫਲੈਸ਼ ਹੋ ਰਿਹਾ, ਵੀ ਵਿਲ ਵੇਟ ਫੋਰ ਯੋਰ ਕਾਲ ਐਂਡ ਵੀ ਵਿਲ ਡੈਫੀਨੇਟਲੀ ਮੇਕ ਯੂ ਅ ਰਜਿਸਟਰਡ ਨਰਸ ਇਨ ਕੈਨੇਡਾ। ਥੈਂਕ ਯੂ ਸੋ ਮਚ ਰਮਨ, ਮੈਨੀ ਮੈਨੀ ਕੰਗਰੈਚੁਲੇਸ਼ਨ। ਥੈਂਕ ਯੂ।